ਦੋਸਤੋ, ਜਿਹੜੀ ਹੈਪੀਨੈਸ ਹੈ ਉਹ ਇੱਕ ਬਾਇਓ ਪ੍ਰੋਡਕਟ ਆ। ਜਿਹੜੇ ਲੋਕ ਸਿੱਧੀ ਹੈਪੀਨੈਸ ਲੱਭਦੇ ਆ, 90% ਪੀਪਲ ਜੋ ਕਿ ਸਿੱਧੀ ਹੈਪੀਨੈਸ ਵੱਲ ਹੋਏ ਹੋਏ ਆ ਕਿ ਮੈਨੂੰ ਸਟੇਟ ਅਵੇ ਖੁਸ਼ੀ ਮਿਲ ਜੇ ਇਸ ਚੀਜ਼ ਦੀ, ਉਹ ਜ਼ਿਆਦਾ ਡਿਪਰੈਸ਼ਨ 'ਚ ਹੈ, ਕਿਉਂਕਿ ਜਦੋਂ ਤੁਹਾਨੂੰ ਚੀਜ਼ ਨਹੀਂ ਮਿਲਦੀ ਤੁਸੀਂ ਡਿਪਰੈਸ ਹੋ ਜਾਂਦੇ ਆ। ਸੋ ਜਿਹੜੀ ਹੈਪੀਨੈਸ ਆ ਉਹ ਬਾਇਓ ਪ੍ਰੋਡਕਟ ਆ ਕਿਸੇ ਚੀਜ਼ ਦਾ। ਸਿੱਧੀ ਖੁਸ਼ੀ ਲੱਭਣ ਨਾਲੋਂ ਬੈਟਰ ਹੈ ਕਿ ਤੁਸੀਂ ਕਿਸੇ ਚੀਜ਼ ਵਿੱਚ ਖੁਸ਼ੀ ਲੱਭੋ, ਮਤਲਬ ਜਿੱਥੇ ਤੁਹਾਨੂੰ ਲੱਗੇ ਕਿ ਮੈਨੂੰ ਇਹ ਕਰਨ ਨਾਲ ਖੁਸ਼ੀ ਮਿਲਦੀ ਹੈ, ਬਜਾਏ ਕਿ ਉਹਦੀ ਅਚੀਵਮੈਂਟ ਤੋਂ ਖੁਸ਼ੀ ਲੈਣ ਨਾਲੋਂ। ਕਿਉਂਕਿ ਸਮਟਾਈਮ ਜਦੋਂ ਤੁਸੀਂ ਉਸ ਚੀਜ਼ ਨੂੰ ਅਚੀਵ ਨਹੀਂ ਕਰ ਪਾਉਂਦੇ ਤੁਸੀਂ ਡਿਪਰੈਸ ਹੁੰਦੇ ਆ। ਸੋ ਅਚੀਵਮੈਂਟ ਦੀ ਖੁਸ਼ੀ ਨਾਲੋਂ ਉਸ ਚੀਜ਼ ਵਿੱਚ ਖੁਸ਼ੀ ਲੱਭੋ ਜੋ ਤੁਸੀਂ ਕਰਦੇ ਪਏ ਹੋ। ਸੋ ਜਿਹੜੀ ਹੈਪੀਨੈਸ ਆ ਉਹ ਬਾਇਓ ਪ੍ਰੋਡਕਟ ਆ। ਡਾਇਰੈਕਟ ਖੁਸ਼ੀ ਲੱਭਣੀ ਮੇਰੇ ਹਿਸਾਬ ਨਾਲ ਤਾਂ ਕੋਈ ਬਹੁਤ ਵੱਡੀ ਸਮਝਦਾਰੀ ਗੱਲ ਹੈ ਨਹੀਂ, ਕਿਉਂਕਿ 99% ਡਾਇਰੈਕਟ ਹੈਪੀਨੈਸ ਤੁਹਾਨੂੰ ਨਹੀਂ ਮਿਲਦੀ ਕਦੀ।